इत्थे जी हालात बहुत ठीक चल रहे ने। घग्गर दा पानी बिलकुल सिरे ते आ, बस खतरा नहीं इन्ना हैगा। तां साडे कोल प्रबंध है, गवर्नमेंट कनियो बहुत ज्यादा ने। तां जिथे सानूं कोई जेसीबी दी लोड़ आ जां किते मिट्टी लवानी आ, उत्थे साडे नाल नरेगा भी चल रही आ। जां मूणक तों एसडीएम साहब, जां एमएलए साहब वरिंदर गोयल जी पैरे कागे तों, ਉਹ ਵੀ ਸਾਡੇ ਨਾਲ, ਪੰਚਾਇਤ ਜੀ ਸਾਡੇ ਪਿੰਡ ਮਕੋੜ ਸਾਹਿਬ ਦੀ, ਇਹ ਵੀ ਸਾਡੇ ਨਾਲ ਬਹੁਤ ਵਧੀਆ ਸਹਿਯੋਗ ਦੇ ਰਹੀ ਹੈ ਜੀ। ਦਸ ਤਾਰੇ ਘੱਗਰ ਦਾ, ਹਾਂਜੀ ਡਰ ਤਾਂ ਜੀ ਜ਼ਿਮੀਦਾਰਾਂ ਨੂੰ ਹੈਗਾ ਜੀ, 10 ਦਿਨਾਂ ਨੂੰ 5 ਦਿਨਾਂ ਨੂੰ ਕਿਤੇ ਵੱਢਣ ਵਾਲੀ ਵੀ ਤਿਆਰ ਖੜੀਆਂ ਨੇ। ਹੁਣ ਝੋਨਾ ਵੱਢ ਵੀ ਗਿਆ ਜੀ, ਕਈ ਥਾਂ ਤੇ ਵੱਢਣ ਵਾਲੀ ਹੁਣ ਵੀ ਤਿਆਰ ਆ, ਝੋਨਾ ਬਿਲਕੁਲ ਪੱਕਾ ਖੜਿਆ ਜੀ। ਕੋਈ ਮਤਲਬ ਹੁਣ ਤਾਂ ਵੱਢਣ ਦਾ ਖਰਚਾ ਜੀ ਜ਼ਿਮੀਦਾਰ ਤੇ 1000-1500 ਰੁਪਏ ਕਿੱਲੇ ਦਾ ਕੰਪਾਈਨ ਦਾ ਜੀ, ਸਾਰੇ ਖਰਚੇ ਕਰ ਬੈਠੇ ਅਸੀਂ ਹੁਣ। ਸਾਨੂੰ ਵੈਸੇ ਇਹੀ ਆ ਵੀ ਘੱਗਰ ਖੈਰ ਸੁੱਖ ਨਾਲ ਵਿੱਚੋਂ ਵਿੱਚ ਹੀ ਟੱਪ ਜੇ, ਡਰ ਬਹੁਤ ਹੈ ਜੀ। ਬਿਲਕੁਲ ਜਾਨ ਮੁੱਠੀ ਚ ਆਈ ਹੈ ਜੀ, ਜ਼ਿਮੀਦਾਰ ਦੀ ਸਾਰਾ ਖਰਚਾ ਹੋ ਚੁੱਕਿਆ ਜੀ, ਫਸਲ ਪੱਕੀ ਪਈ ਹੈ। ਪਰ ਖਤਰਾ ਤਾਂ ਇੰਨਾ ਜੀ, ਰਾਤ ਨੂੰ ਨੀਂਦ ਨਹੀਂ ਆਉਂਦੀ ਹੈਗੀ ਜ਼ਿਮੀਦਾਰਾਂ ਨੂੰ, ਸਾਰਾ ਬਲਕਿ ਕਿਨਾਰਿਆਂ 'ਤੇ ਪਹਿਰਾ ਹੀ ਲਾ ਰਹੇ ਆ ਜੀ ਜ਼ਿਮੀਦਾਰ। ਦਿਨ ਰਾਤ ਤੁਹਾਡੇ ਵੱਲੋਂ ਪਹਿਰਾ ਕੀਤਾ ਜਾ ਰਿਹਾ? ਹਾਂਜੀ ਹਾਂਜੀ, ਦਿਨ ਰਾਤ ਹੈ। ਪ੍ਰਸ਼ਾਸਨ ਵੱਲੋਂ ਕਿਹੋ ਜਿਹੇ ਪ੍ਰਬੰਧ? ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਪ੍ਰਬੰਧ ਹੈ ਜੀ, ਐਮਐਲਏ ਸਾਹਿਬ ਵੀ ਆ ਕੇ ਗਏ ਆ, ਵਰਿੰਦਰ ਗੋਇਲ ਜੀ, ਬਾਕੀ ਸਾਰਾ ਪ੍ਰਸ਼ਾਸਨ ਨਾਲ ਲੈ ਕੇ ਆਏ ਸੀ। ਉੱਧਰ ਦੇਖ ਦਿਖਾ ਸਕਦੇ ਹੋ ਤੁਸੀਂ, ਕੰਮ ਵੀ ਚਲਾ ਰਿਹਾ ਜੀ ਨਾਲ ਦੇ ਨਾਲ। ਜਿੱਥੇ ਵੀ ਕੋਈ ਠੇਲੇ ਦੀ ਲੋੜ ਹੈ, ਮਿੱਟੀ ਦੀ ਲੋੜ ਹੈ, ਕੋਈ ਟਰੈਕਟਰ ਦੀ ਲੋੜ ਹੈ, ਪੂਰੀ ਹਦਾਇਤ ਹੈ ਜੀ ਐਮਐਲਏ ਸਾਹਿਬ। ਦੇਖੋ ਹਾਲੇ ਤੱਕ ਭਗਵਾਨ ਦੀ ਕਿਰਪਾ ਦੇ ਨਾਲ ਇੱਥੇ ਕੋਈ ਨੁਕਸਾਨ ਨਹੀਂ ਹੈ ਸਾਰੀ ਹਲੇ, ਕਿਉਂਕਿ 747 ਫੁੱਟ 'ਤੇ ਜਾ ਕੇ ਖਤਰੇ ਦਾ ਨਿਸ਼ਾਨ ਹੈ ਜਿਹੜਾ 747 ਫੁੱਟ 'ਤੇ ਹੈ, ਅਤੇ ਪਿਛਲੇ 8 ਘੰਟਿਆਂ ਦੇ ਵਿੱਚ ਇਹ 746.3 ਫੁੱਟ 'ਤੇ ਟਿਕਿਆ ਹੋਇਆ, ਕਦੇ ਪੁਆਇੰਟ ਘਟਿਆ ਕਦੇ। ਅਤੇ ਪਿੱਛੇ ਜਿਹੜੀ ਟਾਂਗਰੀ ਨਦੀ ਹੈ ਉਹਦਾ ਵੀ ਪਾਣੀ ਕੰਟਰੋਲ ਦੇ ਵਿੱਚ ਹੈ, ਅਤੇ ਇਸੇ ਤਰ੍ਹਾਂ ਮਾਰਕੰਡਾ ਦਾ ਵੀ ਜਿੱਥੇ ਮਤਲਬ ਪਾਣੀ ਉੱਧਰੋਂ ਆ ਰਿਹਾ, ਹੁਣ ਕਈ ਜਗ੍ਹਾ ਉੱਚਾਈ ਹੈ, ਮਤਲਬ ਹਾਲੇ ਤੱਕ ਸਾਰੇ ਸਿਸਟਮ ਜੋ ਮੈਂ ਦੇਖਿਆ ਇਸ ਤਰ੍ਹਾਂ ਲੱਗਦਾ ਵੀ ਕੰਟਰੋਲ ਦੇ ਵਿੱਚ ਹੈਗੇ, ਨਹੀਂ ਤਾਂ ਪਾਣੀ ਇੰਨੇ ਫੁੱਟ 'ਤੇ ਹੀ ਟੁੱਟ ਜਾਂਦਾ ਸੀ, ਮਾਰ ਪੈ ਜਾਂਦੀ ਸੀ। ਪਰ ਕਿਉਂਕਿ ਘੱਗਰ ਦੀ ਸਫਾਈ ਪੂਰਨ ਰੂਪ ਦੇ ਵਿੱਚ ਬਰਸਾਤਾਂ ਤੋਂ ਪਹਿਲਾਂ ਦੀ ਹੋਈ ਹੋਈ ਹੈ, ਇਸ ਕਰਕੇ 747 ਫੁੱਟ ਤੱਕ ਕੋਈ ਖਤਰੇ ਦੀ ਗੱਲ ਹੈ ਨਹੀਂ, ਅਤੇ ਲੋਕ ਬੜੇ ਹੌਸਲੇ ਦੇ ਵਿੱਚ ਨੇ। ਮੈਂ ਉੱਥੇ ਜਾ ਕੇ ਆਇਆ, ਲੋਕ ਖੁਦ ਵੀ ਪਹਿਰਾ ਦੇ ਰਹੇ ਨੇ, ਸਾਰਾ ਪ੍ਰਸ਼ਾਸਨ, ਐਸਡੀਐਮ, ਤਹਿਸੀਲਦਾਰ, ਨੈਬ ਤਹਿਸੀਲਦਾਰ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀ ਸਾਰੇ, ਪੰਚਾਇਤ ਵਿਭਾਗ ਦੇ ਸਾਰੇ ਅਧਿਕਾਰੀ ਅਤੇ ਹੋਰ ਸਾਰਾ ਜਿੰਨਾ ਅਮਲਾ ਫੈਲਾ ਹੈ ਸਾਡਾ ਪ੍ਰਸ਼ਾਸਨ ਦਾ, ਉਹ ਸਾਰਾ ਲੋਕਾਂ ਦੀ ਸੇਵਾ ਦੇ ਵਿੱਚ ਖੜ੍ਹੇ ਆ।